ਇਮੀਗ੍ਰੇਸ਼ਨ ਵਿਭਾਗ ਨੇ 1200 ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਨੇ ਪੀਆਰ ਦੇ ਵਾਸਤੇ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ ਇਹ ਇਨਵੀਟੇਸ਼ਨ ਭੇਜੇ ਗਏ ਨੇ ਅੱਜ ਹੀ 1200 ਜਣਿਆਂ ਨੂੰ ਇਨਵੀਟੇਸ਼ਨ ਗਏ ਨੇ ਦਰਅਸਲ ਇਹ ਉਹ ਕੈਂਡੀਡੇਟ ਨੇ ਜਿਨ੍ਹਾਂ ਨੂੰ ਪਹਿਲਾਂ ਤੋਂ ਪੀਐਨਪੀ ਯਾਨੀ ਕਿ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਤਹਿਤ ਅਪਰੂਵਲ ਮਿਲਿਆ ਹੋਇਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਜੇ ਘੱਟੋ ਘੱਟ ਸਕੋਰ ਹੈ ਜੋ 742 ਤੱਕ ਗਿਆ ਹੈ ਪੀਐਨਪੀ ਜਿਨ੍ਹਾਂ ਦੀ ਅਪਰੂਵ ਹੁੰਦੀ ਹੈ ਉਹਨਾਂ ਨੂੰ 600 ਪੁਆਇੰਟ ਪਹਿਲਾਂ ਹੀ ਮਿਲ ਜਾਂਦੇ ਨੇ ਤੇ ਫਿਰ ਬਾਕੀ ਯੋਗਤਾ ਦੇ ਆਧਾਰ ਦੇ ਉੱਤੇ ਬਾਕੀ ਪੁਆ ਨੂੰ ਮਿਲਦੇ ਨਹੀਂ ਜੋ ਹੈ 23 ਜੂਨ ਨੂੰ ਡਰਾਅ ਨਿਕਲਿਆ ਇਸ ਤੋਂ ਪਹਿਲਾਂ 10 ਜੂਨ ਨੂੰ ਡਰਾਅ ਨਿਕਲਿਆ ਸੀ ਜਿਸ ਦੇ ਵਿੱਚ ਜੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ ਕੈਨੇਡਾ ਵਿੱਚ ਕੰਮ ਕਰਨ ਦਾ ਜਿਨ੍ਹਾਂ ਨੂੰ ਅਨੁਭਵ ਹੈ ਉਹਨਾਂ ਦੇ ਵਿੱਚ 368 ਘੱਟੋ ਘੱਟ ਸਕੋਰ ਰਿਹਾ ਸੀ ਜਿਸ ਦੇ ਵਿੱਚ ਇਨਵੀਟੇਸ਼ਨ ਭੇਜੇ ਗਏ ਸਨ ਇਸ ਤੋਂ ਪਹਿਲਾਂ 9 ਜੂਨ ਨੂੰ ਪੀਐਨਪੀ ਦਾ ਡਰਾਅ ਨਿਕਲਿਆ ਸੀ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ 1-2 ਦਿਨ ਦੇ ਵਿੱਚ ਹੀ ਸੀਸੀ ਕਲਾਸ ਯਾਨੀ ਕਿ ਕੈਨੇਡਾ ਵਿੱਚ ਕੰਮ ਕਰਨ ਦਾ ਜਿਨ੍ਹਾਂ ਨੂੰ ਅਨੁਭਵ ਹੈ ਉਸ ਦੇ ਵਿੱਚ ਐਕਸਪ੍ਰੈਸ ਐਂਟਰੀ ਜਿਨ੍ਹਾਂ ਨੇ ਫਾਈਲ ਲਾਈਆਂ ਹੋਈਆਂ ਨੇ ਉਹਨਾਂ ਦੇ ਵਾਸਤੇ ਡਰਾਅ ਨਿਕਲ ਸਕਦਾ ਹੈ